ਅਨਮੋਲ ਕਵਾਤਰਾ ਨੂੰ ਕੌਣ ਨਹੀਂ ਜਾਣਦਾ। ਹਰ ਕਿਸੇ ਨੂੰ ਪਤਾ ਹੈ ਅਨਮੋਲ ਕਵਾਤਰਾ ਲੋਕ ਭਲਾਈ ਤੇ ਸਮਾਜ ਸੇਵਾ ਦੇ ਲਈ ਜਾਣਿਆ ਜਾਂਦਾ ਹੈ। ਇਸ ਨਾਲ ਅਨਮੋਲ ਕਵਾਤਰਾ ਇੱਕ NGO ਵੀ ਚਲਾ ਰਹੇ ਨੇ ਜੋ ਬੇਸਹਾਰਾ ਲੋਕਾਂ ਦੀ ਮਦਦ ਕਰਦਾ ਹੈ, ਜਿਸ ਦਾ ਨਾਮ ਹੈ ਵੀ ਡੋਂਟ ਐਕਸੈਪਟ ਮਨੀ ਔਰ ਥਿੰਗ। ਦੱਸ ਦੇ ਕਿ ਹਾਲੇ ਵਿੱਚ ਅਨਮੋਲ ਕਵਾਤਰਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ, ਜਿਸ ਵਿੱਚ ਅਨਮੋਲ ਕਵਾਤਰਾ ਨੂੰ ਮਿਲਣ ਬਾਲੀਵੁੱਡ ਇੰਡਸਟਰੀ ਦੇ ਦੇਸੀ ਗੋਲਡ ਦੇ ਸੱਤ ਆਏ। ਕੀ ਕਹਿ ਰਹੇ ਨੇ ਉਹ ਇਸ ਵੀਡੀਓ ਵਿੱਚ ਤੁਸੀਂ ਵੀ ਸੁਣੋ। ਅੱਜ ਇੱਕ ਬਹੁਤ ਵੱਡੀ ਸ਼ਖਸੀਅਤ, ਸਾਡੇ ਲਈ ਬਹੁਤ ਵੱਡੀ ਸ਼ਖਸੀਅਤ ਹੈ, ਕਿਉਂਕਿ ਜਦੋਂ ਵੀ ਇੱਕ ਘਰ ਦੇ ਵਿੱਚ ਜਾਂ ਇੱਕ ਸਮਾਜ ਦੇ ਵਿੱਚ ਕੋਈ ਵੀ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਆਸ ਹੁੰਦੀ ਹੈ ਕਿ ਜਿਹੜੇ ਸਾਡੇ ਸਮਾਜ ਦੇ ਚਿਹਰੇ ਨੇ, ਜਿਨ੍ਹਾਂ ਨੂੰ ਲੋਕ ਸੁਣਦੇ ਨੇ, ਜਿਨ੍ਹਾਂ ਦੀ ਯੂਥ ਫੈਨ ਹੈ, ਔਰ ਉਹ ਸਾਨੂੰ ਅੱਗੇ ਕਿਤੇ ਨਾ ਕਿਤੇ ਸਪੋਰਟ ਕਰਨ। ਔਰ ਅੱਜ ਤੋਂ 2-3 ਸਾਲ ਇਸ ਚੀਜ਼ ਦੇ ਅਸੀਂ ਵੀ ਬਹੁਤ ਭੁੱਖੇ ਸੀ। ਪਹਿਲਾਂ ਤੁਹਾਨੂੰ ਇਸ ਪੇਸ਼ੈਂਟ ਬਾਰੇ ਦੱਸ ਦਿੰਦਾ, ਕਬ ਆਪਕਾ ਪੇਸ਼ੈਂਟ ਐਡਮਿਟ ਹੋਇਆ? ਪਰਸੋਂ, ਸ਼ੁੱਕਰਵਾਰ। ਇਸ ਪੇਸ਼ੈਂਟ ਦੀ ਇੱਕ ਛੋਟੀ ਜਿਹੀ ਦੁਖਦਾਈ ਗੱਲ ਦੇਖੋ ਕੀ ਹੈ ਕਿ ਸ਼ੁੱਕਰਵਾਰ ਰਾਤ ਨੂੰ 11 ਵਜੇ ਦਾ ਟਾਈਮ ਆਉਣਾ, ਅਸੀਂ ਹਸਪੀਟਲ ਦੇ ਬਾਹਰ ਬੈਠੇ ਸੀਗੇ ਤੇ ਇਹ ਵਿਚਾਰੇ ਸਾਡੇ ਕੋਲ ਆਏ ਰੋਂਦੇ ਰੋਂਦੇ ਕਿ ਸਾਡੇ ਪੇਸ਼ੈਂਟ ਦਾ ਨਾ ਐਮਰਜੈਂਸੀ ਦੇ ਵਿੱਚ ਐਡਮਿਟ ਕੀਤਾ ICU ਦੇ ਵਿੱਚ ਤੇ ਡਾਕਟਰ ਨੇ ਦਵਾਈ ਲਿਖੀ ਹੈ ਤੇ ਸਾਡੇ ਕੋਲ ਐਮਰਜੈਂਸੀ ਪੈਸੇ ਹੈ ਨੀ, ਤੁਸੀਂ ਉਧਾਰੇ ਦਵਾਈ ਲਈ ਪੈਸੇ ਦਿਓ, ਅਸੀਂ ਤੁਹਾਨੂੰ ਮੋੜ ਦਾਂਗੇ। ਤੇ ਅੱਜ ਭਾਜੀ ਹੁਣੀ ਆਏ ਆ ਤੇ ਮੈਂ ਮਤਲਬ ਮੇਰੇ ਕੋਲ ਬੋਲਣ ਲਈ ਨੀ ਕੁਛ ਹੈਗਾ ਤੇ ਬਾਕੀ ਭਾਜੀ ਤੁਹਾਡੇ ਨਾਲ ਦੋ ਗੱਲਾਂ ਜ਼ਰੂਰ ਸਾਂਝੀਆਂ ਕਰਨਗੇ। ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਤੇ ਇੱਥੇ ਆ ਕੇ ਤਾਂ ਮਤਲਬ ਇੰਨੇ ਦੁੱਖ ਨੇ ਤੇ ਆ ਬਾਈ ਹੁਣ ਦੇ ਇੰਨੇ ਦੁੱਖਾਂ ਦੇ ਪਹਾੜ ਟੁੱਟੇ ਹੋਏ ਨੇ ਤੇ ਨਾਲ ਸਾਡਾ ਭਰਾ ਜਿਹਨੂੰ ਕਹਿੰਦੇ ਕੰਧ ਬਣ ਕੇ ਖੜਾ ਹਨਾ, ਤੇ ਸਾਨੂੰ ਤਾਂ ਸਾਡੇ ਕੱਦ ਬਹੁਤ ਛੋਟੇ ਲੱਗਦੇ ਆ ਤੇ ਵੀ ਅਸਲੀ ਜਿਹੜੀ ਰਿਐਲਿਟੀ ਵਾਲੀ ਗੱਲ ਹੈ ਵੀ ਉਹ ਤਾਂ ਤੂੰ ਕਰ ਰਿਹਾ ਯਾਰ ਸਿਸਟਮ ਸਹੀ ਸੀਰੀਅਸ, ਮਤਲਬ ਇਹਦੇ ਫੈਨ ਬਣੋ ਯਾਰ ਹਨਾ, ਵੀ ਜਿਹੜਾ ਇੰਨੇ ਦੁੱਖ ਤਕਲੀਫਾਂ ਇੱਥੇ ਸਾਨੂੰ ਦੇਖੀਆਂ ਵੀ ਨਹੀਂ ਆਉਂਦੀਆਂ ਫੋਟੋਆਂ ਜਿਹੜੀਆਂ ਜਿਹੜੇ ਮਤਲਬ ਸਾਰੇ ਦੁੱਖ ਯਾਰ ਤੂੰ ਇੰਨਾ ਹਨਾ ਇਹਨਾਂ ਦੇ ਨਾਲ ਖੜ ਕੇ ਜਿਵੇਂ ਪਤਾ ਨਹੀਂ ਯਾਰ ਮਤਲਬ ਮੈਂ ਇੰਨਾ ਇਮੋਸ਼ਨਲ ਕਹਿੰਦੇ ਮੈਂ ਕਾਫੀ ਘੱਟ ਹੁੰਦਾ, ਮੈਨੂੰ ਹੱਸਦੇ ਹੱਸਦੇ ਰਹਿੰਦੇ ਹਨਾ, ਮੈਂ ਥੋੜਾ ਨਰਵਸ ਵੀ ਹਾਂ ਵੀ ਯਾਰ ਇੰਨੇ ਦੁੱਖਾਂ ਦੇ ਵਿੱਚ ਚੱਲ ਹਨਾ, ਤੂੰ ਇਹਨਾਂ ਨੂੰ ਆਸ ਮਤਲਬ ਇਹਨਾਂ ਲਈ ਤੂੰ ਹੋ ਪੈ ਹਨਾ, ਤੇ ਉਹ ਦੁੱਖ ਦੇ ਵਿੱਚ ਜਿਹਨੂੰ 15,000 ਰੁਪਇਆ ਕਿੱਡੀ ਕਿੱਡੀ ਅਮਾਊਂਟ ਬਣੀ ਪਈ ਆ ਬੱਚੇ ਹਨਾ ਦਿਨ ਰਾਤ ਜਿਹਨਾਂ ਦੇ ਮੂਹਰੇ ਜਿਹਨਾਂ ਦੇ ਦੁੱਖ ਹਨਾ ਦੇਖੇ ਨਹੀਂ ਜਾਂਦੇ, ਤੂੰ ਉਹਨਾਂ ਦੇ ਨਾਲ ਰੱਬ ਬਣ ਕੇ ਖੜਾ ਯਾਰ ਹਨਾ, ਅਗਲੇ ਉਖੰਨੇ ਜਿੰਨੇ ਹਨਾ ਜੇ ਨਹੀਂ ਹੁੰਦੇ ਹੈਗੇ ਤਾਂ ਸਾਨੂੰ ਫੋਨ ਕਹਿੰਦੇ ਤੁਹਾਨੂੰ ਕੁਆਤਰਾ ਜਾਣਦਾ ਯਾਰ, ਉਹਨੂੰ ਕਹਿ ਕੇ ਹੈਲਪ ਕਰਾ ਦੋ ਹਨਾ, ਤੇ ਕਿੰਨੀ ਵਾਰ ਹਨਾ ਫੋਨ ਵੀ ਕਰਿਆ ਸੀ ਹਨਾ ਤੇ ਤੂੰ ਹੈਲਪ ਵੀ ਕਰੀ ਆ, ਅਸੀਂ ਮਤਲਬ ਬਹੁਤ ਮਤਲਬ ਅਸੀਂ ਵੀ ਲੱਕੀ ਫੀਲ ਕਰਦੇ ਤੂੰ ਸਾਡੇ ਹਨਾ ਸਾਡੇ ਕੰਟੈਕਟ ਦੇ ਵਿੱਚ ਆ, ਸਾਡੀ ਲਾਈਫ ਦੇ ਵਿੱਚ ਆ ਹਨਾ ਭਰਾ, ਤੇ ਸਾਰਿਆਂ ਦੀ ਲਾਈਫ ਦੇ ਵਿੱਚ ਆ ਜਿਹੜੇ ਬੰਦੇ ਅਫੋਰਡ ਨਹੀਂ ਕਰ ਸਕਦੇ, ਥੋੜੇ ਥੋੜੇ ਪੈਸੇ ਲਈ ਹਨਾ ਥੋੜੇ ਪੈਸਿਆਂ ਲਈ ਲੋਕ ਮਰ ਰਹੇ ਨੇ ਯਾਰ ਹਨਾ, ਤੇ ਉਹਨਾਂ ਨਾਲ ਤੂੰ ਕੰਧ ਬਣ ਕੇ ਖੜਾ ਪਹਾੜ ਬਣ ਕੇ ਖੜਾ ਭਰਾ, ਤੇਰਾ ਮਤਲਬ ਐਵੇਂ ਦੇ ਬੰਦੇ ਹੋਣੇ ਚਾਹੀਦੇ ਹਰ ਸ਼ਹਿਰ ਦੇ ਵਿੱਚ ਯਾਰ, ਹਰ ਮਹੱਲੇ ਦੇ ਵਿੱਚ ਜੇ ਕਿਤੇ ਅਨਮੋਲ ਵਰਗਾ ਬੰਦਾ ਹੋਵੇ ਯਾਰ ਕਿਸੇ ਨੂੰ ਦੁੱਖ ਤਕਲੀਫ ਨਾ ਹੋਵੇ ਯਾਰ ਹਨਾ। ਦੱਸ ਦੇ ਕਿ ਅਨਮੋਲ ਕਵਾਤਰਾ ਜੋ ਕਿ ਲੋਕਾਂ ਦੀ ਭਲਾਈ ਤੇ ਸਮਾਜ ਸੇਵਾ ਦੇ ਲਈ ਜਾਣੇ ਜਾਂਦੇ ਨੇ ਤੇ ਹੁਣ ਉਹਨਾਂ ਦੇ ਨਾਲ ਦੇਸੀ ਕਰੂ ਵੀ ਜੁੜ ਗਏ ਨੇ। ਦੱਸ ਦੇ ਕਿ ਦੇਸੀ ਕਰੂ ਤੋਂ ਪਹਿਲਾਂ ਖਾਲਸਾ ਏਡ ਨਾਮ ਦੀ NGO ਨਾਲ ਵੀ ਜੁੜ ਚੁੱਕੇ ਨੇ। ਇਸ ਨਾਲ ਹੀ ਤੁਹਾਨੂੰ ਇੱਕ ਗੁੱਡ ਨਿਊਜ਼ ਵੀ ਦਿੰਦੇ ਹਾਂ ਜੀ, ਅਨਮੋਲ ਕਵਾਤਰਾ ਜਿਨ੍ਹਾਂ ਦੀ ਕਾਫੀ ਸਾਰੀ ਫੈਨ ਫਾਲੋਇੰਗ ਹੈ ਤੇ ਉਹਨਾਂ ਦੀ ਜਲਦ ਹੀ ਇੱਕ ਗੀਤ ਆ ਰਿਹਾ ਹੈ ਜਿਸ ਦਾ ਪੋਸਟਰ ਅਨਮੋਲ ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਇਸ ਗੀਤ ਨੂੰ ਮਿਊਜ਼ਿਕ ਕੋਈ ਹੋਰ ਨਹੀਂ ਬਲਕਿ ਮਿਊਜ਼ਿਕ ਡਾਇਰੈਕਟਰ ਦੇਸੀ ਕਰੂ ਦੇ ਰਹੇ ਨੇ। ਵੈਲ ਇਹ ਤਾਂ ਸਾਫ ਹੈ ਕਿ ਫੈਨਸ ਨੂੰ ਅਨਮੋਲ ਕਵਾਤਰਾ ਦੇ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਬਿਊਰੋ ਰਿਪੋਰਟ, ਡੇਲੀ ਵੋਇਸ ਪੰਜਾਬੀ। ਭਵਿੱਖ ਬਣਾਉਣਾ ਚਾਹੁੰਦੇ ਹੋ, ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ। ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।